अलमास जी, सब तो पहला जेड़े हमेशा ही हुंदा है कि जेड़े चाहण वाले हुंदे ने वो जानना चाहुंदे हन कि जिस हस्ती नूं असीं अज मिल रहे हां जी, ये केड़ी जगह दे रहण वाले आ, किथे इन्हां दा वसेरा है, किथे होईआं रूहां ने जन्म लिया, पहला अपने जन्म स्थान ओ केड़ी भागां वाली धरती है जिथे तुसीं जन्म लिया। मास्टर रेकू जी, तुसीं बहुत वधिया गल पुछी है क्योंकि मेरा जन्म पंजाब दी बहुत ही सन्मान योग धरती विच होया जी, डिस्ट्रिक्ट जलंधर विच, पिंड दा नाम मेरा देसरपुर है जी। मैं पढ़ाई जेड़ी है मेरी वो बहुत थोड़ी है क्योंकि उस टाइम पढ़ाई दा ज्यादा नहीं भी सी जमाना जदों दी ए गल आ। नाल ही तुसीं उम्र दा भी पुछा, मेरा 1940 दा जन्म है जी, तुसीं आपे हिसाब ला लेना के ਉਦੋਂ ਵਾਕਿਆ ਹੀ ਜਿਆਦਾ ਨਹੀਂ ਸੀ ਪੜ੍ਹਾਈ ਦਾ, ਅਰਾਊਂਡ ਮੇਰੇ ਖਿਆਲ 75 ਸਾਲ ਬਣ ਜਾਂਦੇ। ਮੈਂ 75ਵਾਂ ਸਾਲ, 76ਵਾਂ ਚੜ੍ਹ ਪਿਆ ਲੱਗਦਾ ਮੈਨੂੰ, ਇਹ ਨਵੇਂ ਸਾਲ ਚ 76ਵਾਂ ਚੜ੍ਹ ਪਿਆ ਪਰ ਲੱਗਦਾ ਨਹੀਂ, ਏਦਾਂ ਹੀ ਕਹਿੰਦੇ ਆ ਜੀ ਸਾਰੇ। ਤੇ ਇਸ ਕਰਕੇ ਜੀ ਇੰਨੀ ਕੁ ਮੇਰੀ ਉਮਰ ਆ ਤੇ ਮੇਰਾ ਜਨਮ ਪੰਜਾਬ ਦਾ। ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਜੀ, ਲਿਖਣਾ ਸ਼ੁਰੂ ਕੀਤਾ ਇਹ ਤੁਹਾਡੇ ਪਰਿਵਾਰ ਦੇ ਵਿਚ ਪਹਿਲੇ ਵੀ ਕੋਈ ਲਿਖਦਾ ਸੀ ਜਾਂ ਤੁਹਾਨੂੰ ਇਹ ਜਾਂ ਕੋਈ ਜਿੱਦਾਂ ਅਕਸਰ ਸੁਣਿਆ ਜਾਂਦਾ ਜੀ ਕਿਸੇ ਨੂੰ ਇਸ਼ਕ ਦਾ ਰੋਗ ਲੱਗ ਗਿਆ ਤੇ ਕਿਸੇ ਨੂੰ ਕੁਝ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ, ਕਿ ਤੁਹਾਡੀ ਜਿਹੜਾ ਇਹ ਲਗਾਓ ਸੀ ਕਲਮ ਦੇ ਨਾਲ ਇਹ ਕਿਸ ਤਰ੍ਹਾਂ ਲੱਗਾ ਤੇ ਇਹ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ ਫਿਰ ਆਪਾਂ ਅਗਲੀ ਗੱਲ ਅੱਗੇ ਤੋਰਦੇ। ਫਿਰ ਮਾਸਟਰ ਜੀ ਤੁਸੀਂ ਬਿਲਕੁਲ ਸਹੀ ਕਿਹਾ, ਕਹਿੰਦੇ ਏਦਾਂ ਹੀ ਆ ਕਿਸੇ ਨੂੰ ਇਸ਼ਕ ਦਾ ਰੋਗ ਲੱਗਦਾ ਤੇ ਲਿਖਦਾ, ਕਿਸੇ ਨੂੰ ਕੋਈ ਹੋਰ ਬਜ਼ੁਰਗ। ਪਰ ਤੁਸੀਂ ਦੇਖ ਲਓ ਕਿ ਮੈਂ ਤੀਸਰੀ ਚ ਪੜ੍ਹਦਾ ਸੀ ਜੀ, ਤੀਸਰੀ ਤੱਕ ਹੀ ਮੈਂ ਪੜ੍ਹਿਆ, ਪਰ ਤੀਸਰੀ ਚੋਂ ਪੜ੍ਹਦਾ ਹੀ ਮੈਂ ਲਿਖਦਾ। ਹੁਣ ਤੁਸੀਂ ਦੇਖ ਲਓ ਰੋਗ ਕਾਹਦਾ ਲੱਗਾ ਉਹ ਜੀ, ਕਲਮ ਦਾ ਹੀ ਰੋਗ ਲੱਗ ਗਿਆ ਜੀ। ਮੈਨੂੰ ਪੁਰਾਣੇ ਸ਼ਾਇਰਾਂ ਦੀਆਂ ਕਿਤਾਬਾਂ ਕਿੱਸੇ ਪੜ੍ਹਨ ਦਾ ਚਾਹੇ ਰੋਗ ਲਾ ਲਓ ਚਾਹੇ ਸ਼ੌਕ ਲੱਗ ਗਿਆ ਸੀ, ਕਿਉਂਕਿ ਉਦੋਂ ਕੋਈ ਰੇਡੀਓ ਵਗੈਰਾ ਕੁਛ ਨਹੀਂ ਸੀ ਹੁੰਦਾ, ਸਿਰਫ ਇੱਕ ਕਿੱਸੇ ਕਿਤਾਬਾਂ ਹੁੰਦੇ ਸੀ ਜੀ, ਘਰਾਂ ਚ ਵੀ ਰੱਖੇ ਹੁੰਦੇ ਸੀ ਮੇਲਿਆਂ ਤੋਂ ਲਿਆ ਕੇ ਖਰੀਦ ਕੇ, ਔਰ ਪੜ੍ਹਦੇ ਵੀ ਹੁੰਦੇ ਸੀ ਮਹਿਫਲਾਂ ਚ ਦੁਪਹਿਰ ਨੂੰ ਸ਼ਾਮਾਂ ਬਹਿ ਕੇ ਤੇ ਕਈ ਲੋਕ ਵਧੀਆ ਪੜ੍ਹਦੇ ਸੀ ਸੁਣਨ ਬਹਿ ਜਾਣਾ। ਇਸ ਤਰ੍ਹਾਂ ਮੈਨੂੰ ਸ਼ੌਕ ਲੱਗਾ ਸੀ ਜੀ ਕਿੱਸੇ ਪੜ੍ਹਨ ਤੋਂ ਮੈਂ ਲਿਖਣ ਲੱਗਾ। ਤੇ ਅਕਸਰ ਜ਼ਿੰਦਗੀ ਦਾ ਪਹਿਲਾ ਪਿਆਰ ਜੀ ਹਮੇਸ਼ਾ ਇਨਸਾਨ ਨੂੰ ਯਾਦ ਰਹਿੰਦਾ, ਚਾਹੇ ਉਹ ਮਹਿਬੂਬ ਨਾਲ ਹੋਵੇ ਹਾਂਜੀ, ਚਾਹੇ ਘਰਵਾਲੀ ਨਾਲ ਹੋਵੇ ਹਾਂਜੀ, ਚਾਹੇ ਉਹ ਆਪਣੇ ਕਿਸੇ ਸੱਜਣ ਮਿੱਤਰ ਦਾ ਦੋਸਤ ਨਾਲ ਹੋਵੇ ਹਾਂਜੀ। ਕੀ ਤੁਹਾਨੂੰ ਯਾਦ ਹੈ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਸਭ ਤੋਂ ਪਹਿਲਾ ਗੀਤ ਕਿਹੜਾ ਲਿਖਿਆ ਜੀ? ਮੈਂ ਇਹ ਵੀ ਚਾਹੁੰਦਾ ਤੁਸੀਂ ਜਿੱਦਾਂ ਪਿਆਰ ਬਾਰੇ ਗੱਲ ਕੀਤੀ, ਪਹਿਲਾ ਪਿਆਰ ਦੁਨੀਆਂ ਤੇ ਖਾਸ ਚੀਜ਼ ਆ, ਪਰ ਜਿਹੜਾ ਮਾਸਟਰ ਜੀ ਮੇਰਾ ਪਹਿਲਾ ਪਿਆਰ ਹੋਇਆ ਸੀ, ਮੇਰਾ ਇਸ ਸ਼ਾਇਰੀ ਨਾਲ ਹੀ ਪਹਿਲਾ ਪਿਆਰ, ਹਾਂਜੀ ਮੇਰਾ ਇਹਦੇ ਨਾਲ ਹੀ ਪਿਆਰ ਹੋਇਆ ਸ਼ਾਇਰੀ ਦਾ, ਪਰ ਕਿੱਸੇ ਪੜ੍ਹ ਪੜ੍ਹ ਕੇ ਸ਼ਾਇਰੀ ਲਿਖੀ, ਇਸੇ ਚੀਜ਼ ਨਾਲ ਮੇਰਾ ਮਹਿਬੂਬ ਵੀ ਇਹ ਸ਼ਾਇਰੀ ਸੀ ਸੀ ਵੀ ਔਰ ਹੈ ਜੀ। ਹਾਂਜੀ ਤੇ ਬਹੁਤ ਸੋਹਣੀ ਗੱਲ ਆ। ਤੇ ਬਾਕੀ ਜਿਸ ਤਰ੍ਹਾਂ ਕਿ ਅੱਜ ਕੱਲ ਦਾ ਦੌਰ ਜਿਹੜਾ ਚੱਲਦਾ, ਜਿਹੜੇ ਸਾਡੇ ਸਰੋਤੇ ਫੋਨ ਕਰ ਰਹੇ ਆ ਤੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਥੋੜੀ ਦੇਰ ਠਹਿਰ ਜਾਓ। ਠੀਕ ਹੈ ਜੀ। ਹਾਂਜੀ ਅਲਮਾਸ ਜੀ, ਆਪਾਂ ਗੱਲ ਕਰ ਰਹੇ ਸੀਗੇ ਜੀ ਕਿ ਹਰ ਇਨਸਾਨ ਸੋਚਦਾ ਹੈ ਕਿ ਕੋਈ ਸੋਚਦਾ ਹੈ ਕਿ ਮੈਂ ਸੈਡ ਸੌਂਗ ਲਿਖਾਂ ਜੀ, ਕੋਈ ਸੋਚਦਾ ਹੈ ਕਿ ਮੈਂ ਆਪਣੇ ਸੱਭਿਆਚਾਰਕ ਗੀਤ ਲਿਖਾਂ ਜੀ, ਕੋਈ ਸੋਚਦਾ ਹੈ ਕਿ ਮੈਂ ਆਪਣੇ ਵਿਰਸੇ ਦੇ ਗੀਤ ਲਿਖਾਂ ਜਾਂ ਕੋਈ ਆਪਣੇ ਕਿਸੇ ਹੋਰ ਤਰੀਕੇ ਦੇ ਗੀਤ ਲਿਖਾਂ। ਮੈਂ ਦੇਖਿਆ ਹੈਗਾ ਕਿ ਤੁਸੀਂ ਹਰ ਪ੍ਰਕਾਰ ਦੇ ਗੀਤ ਲਿਖੇ, ਤੁਸੀਂ ਆਪਣੇ ਪੰਜਾਬ ਦੇ ਉੱਤੇ ਵੀ ਕੋਈ ਇਹੋ ਜਿਹੀ ਚੀਜ਼ ਲਿਖੀ ਆ ਕਿ ਜਿਹੜੀ ਆਪਣੇ ਮਾਂ ਬੋਲੀ ਨੂੰ ਚਾਹੁਣ ਵਾਲੇ ਸਭ ਤੋਂ ਪਹਿਲਾਂ ਉਹੀ ਸੁਣਨਾ ਚਾਹਣਗੇ ਕਿ ਜਿਹੜੇ ਪ੍ਰਦੇਸ਼ਾਂ ਵਿੱਚ ਤੁਸੀਂ ਬੈਠੇ ਹੋ ਕਿ ਇਹ ਪ੍ਰਦੇਸ਼ਾਂ ਵਿੱਚ ਸਾਡਾ ਭਰਾ ਆ ਕਿ ਸਾਡੇ ਪੰਜਾਬ ਦੀ ਕੋਈ ਗੱਲ ਕਰੇ ਜੀ? ਤੇ ਮੇਰਾ ਦਿਲ ਕਰਦਾ ਕਿ ਤੁਸੀਂ ਇਹੋ ਜਿਹੀ ਕੋਈ ਗੀਤ ਸੁਣਾਓ ਜਾਂ ਆਪਣੀ ਕੋਈ ਕਵਿਤਾ ਜਾਂ ਨਜ਼ਮ। ਮਾਸਟਰ ਜੀ ਮੈਂ ਗੀਤ ਸੁਣਨਾ ਇੱਕ ਤੁਹਾਨੂੰ ਜੀ, ਪਰ ਇਹ ਜਿਹੜਾ ਗੀਤ ਹੈ ਮੈਂ ਨਾਲ ਹੀ ਦੱਸ ਦੇਣਾ ਚਾਹੁੰਦਾ ਜੀ, ਰਿੱਪੀ ਗਿੱਲ ਸਾਹਿਬ ਕੈਨੇਡਾ ਤੋਂ, ਜਿਨ੍ਹਾਂ ਦੀ ਆਵਾਜ਼ ਬਹੁਤ ਜਲਦੀ ਰਿਕਾਰਡ ਹੋ ਚੁੱਕਾ ਹੈ ਔਰ ਫਲਮਾ ਰਿਹਾ, ਬਹੁਤ ਜਲਦੀ ਦੁਨੀਆਂ ਦੇ ਸਾਹਮਣੇ ਵੀ ਆ ਜਾਣਾ। ਮੈਂ ਲਿਖਿਆ ਸੀ ਜੀ ਕਿ ਤੂੰ ਸਭ ਦੁਨੀਆਂ ਤੋਂ ਸੋਹਣੀ ਏ, ਤੇਰੀ ਖੈਰ ਖੁਦਾ ਤੋਂ ਮੰਗੀ ਏ ਜੀ, ਤੂੰ ਸਭ ਦੁਨੀਆਂ ਤੋਂ ਸੋਹਣੀ ਏ, ਤੇਰੀ ਖੈਰ ਖੁਦਾ ਤੋਂ ਮੰਗੀ ਏ, ਮੇਰੇ ਸੋਹਣੇ ਦੇਸ਼ ਪੰਜਾਬ ਦੀ ਮਿੱਟੀ ਏ ਨੀ ਸੋਨੇ। ਵਾਹ ਜੀ ਵਾਹ, ਬਹੁਤ ਖੂਬ, ਥੈਂਕ ਯੂ ਜੀ।
तू रखिया अपने सीने ते एक मोह दा जाल बिछा तू रखिया अपने सीने ते एक मोह दा जाल बिछा के न्यूयॉर्क लंडन टोरंटो तो तेनू सीस चकाइए जे लोड़ पवे ता तेरे ले जे लोड़ पवे ता तेरे ले कुरबान होणो ना संगिए मेरे सोने देश पंजाब दिए मिट्टी अली सोने रहिए वसदे हां विच परदेसां दे पर तेरी याद सतावे हाय हाय वसदे हां विच परदेसां दे पर तेरी याद सतावे तेरे दर्श करन ले सोचदे हां तेरे दर्श करन ले सोचदे हां सानू कदों जहाज लिया हर देश च मिट्टियां सोहनियां हर देश च मिट्टियां सोहनियां है सब मिट्टियां नालो चंगी है मेरे सोहने देश पंजाब दी है मिट्टी एडी सोहने रंगी है वाह जी वाह मिट्टी नू कह रहे जी, हाँ जी। जद परदेसा नू आंदा पंजाब दे विचों कहिंदा डब्बी विच पा के ले जावां तेनू शाम सवेरे तकन डब्बी विच पा के ले जावां तेनू पा तेनू शाम सवेरे तकन लई छोटी जी गुफा बना लूंगा मिट्टी है नी तेनू रखण लई वाह तेरे रूप दा की बयान करा तेरे रूप दा की बयान करा रूपां दी रंग बरंगीए मेरे सोहने देश पंजाब दिए मिट्टी सोने मेरे दिल विच तेरा प्यार वसे इजहार तेरा मैं करदा वाह जी वाह मेरे दिल विच तेरा ही प्यार वसे इजहार तेरा मैं करदा मेरा अंत भी होवे तेरे ते परदेस मरन तां हां एक बारी फेर जी थैंक यू जी मेरे दिल विच तेरा प्यार वसे इजहार तेरा मैं करदा मेरा अंत भी होवे तेरे ते परदेस मरन तों डरदा ਉਹ ਵੀ ਤੇਰੇ ਹੀ ਲਿਖਦਾ ਗੀਤ ਹੁੰਦਾ ਉਹ ਵੀ ਤੇਰੇ ਹੀ ਲਿਖਦਾ ਗੀਤ ਹੁੰਦਾ ਅਲਮਸਤ ਕੋਲੋਂ ਜਦ ਲੰਘੀਏ ਮੇਰੇ ਸੋਹਣੇ ਦੇਸ਼ ਪੰਜਾਬ ਦੀਏ ਮਿੱਟੀਏ ਨੀ ਸੋਨੇ ਰੰਗੀਏ ਮੇਰੇ ਸੋਹਣੇ ਦੇਸ਼ ਪੰਜਾਬ ਦੀਏ ਮਿੱਟੀਏ ਨੀ ਸੋਨੇ ਰੰਗੀਏ ਵਾਹ ਵਾਹ ਅਲਮਸਤ ਦੀ ਸਲਾਮਤ ਤੁਹਾਡੀ ਕਾਨੂੰਨ ਜੀ ਤੇ ਮੇਰੇ ਖਿਆਲ ਦੇ ਵਿੱਚ ਮੇਰੇ ਅਲਮਸਤ ਜੀ ਦੇ ਪਿਆਰੇ ਤੇ ਇਹਨਾਂ ਦੇ ਦਿਲਾਂ ਦੀ ਧੜਕਣ ਤੇ ਤੁਸੀਂ ਇਹਨਾਂ ਦੇ ਦਿਲਾਂ ਦੀ ਧੜਕਣ ਮੇਰੇ ਖਿਆਲ ਦੇ ਵਿੱਚ ਤੁਹਾਡੇ ਰੂਹ ਜ਼ਰੂਰ ਬਾਗੋ ਬਾਗ ਹੋ ਰਹੀ ਹੋ ਗਈ ਹੋਵੇਗੀ ਤੇ ਅਸੀਂ ਮਿਲਦੇ ਹਾਂ ਤੁਹਾਨੂੰ ਛੋਟੀ ਜਿਹੀ ਬ੍ਰੇਕ ਦੇ ਬਾਅਦ ਫਤਿਹ ਬੁਲਾਈਏ ਜੀ ਹਾਂਜੀ ਬੁਲਾਓ ਜੀ।